Hello students, I am Malkeet Kaur, your Punjabi teacher, and in 4th class I will teach you Punjabi. Now let's start our first chapter, that is the poem Vasda Rahe Mera Desh Pyara. Pyare bachyo, is kavita vich kavi ne Bharat Desh di sifat kiti hai, te itthon de sare rajyan di vi sifat kiti hai, ki he Parmatma, sada desh hamesha vasda rahe, ਤੇ ਇੱਥੇ ਹਰ ਇੱਕ ਚੀਜ਼ ਦੀ ਬਰਕਤ ਹੋਵੇ। ਬੱਚਿਓ, ਬਰਕਤ ਤੋਂ ਭਾਵ ਹੈ ਕਿ ਸਾਡੇ ਦੇਸ਼ ਵਿੱਚ ਹਮੇਸ਼ਾ ਹਰ ਇੱਕ ਚੀਜ਼ ਦਾ ਵਾਧਾ ਹੋਵੇ। ਕਵੀ ਕਹਿ ਰਿਹਾ ਹੈ ਕਿ ਹੇ ਪਰਮਾਤਮਾ, ਮੇਰਾ ਭਾਰਤ ਦੇਸ਼ ਹਮੇਸ਼ਾ ਹੀ ਵਸਦਾ ਰਹੇ, ਸਾਡੇ ਸਾਰੇ ਹੀ ਰਾਜ ਭਾਰਤ ਮਾਂ ਦੀਆਂ ਅੱਖਾਂ ਦੇ ਤਾਰੇ ਹਨ। ਹੇ ਪਰਮਾਤਮਾ, ਇਸ ਦੇ ਵਿੱਚ ਸਾਰੇ ਮਹਿਲ ਮੁਨਾਰੇ, ਭਾਵ ਕਿ ਇੱਥੇ ਸਾਰੇ ਘਰ ਸ਼ਹਿਰ ਹਰ ਇੱਕ ਚੀਜ਼ ਹਮੇਸ਼ਾ ਹੀ ਵਸਦੇ ਰਹਿਣ। ਕਵੀ ਕਹਿੰਦਾ ਹੈ ਕਿ ਮੇਰੇ ਭਾਰਤ ਦੇ ਸਾਰੇ ਹੀ ਪ੍ਰਦੇਸ਼ ਬਹੁਤ ਪਿਆਰੇ ਹਨ। ਬੱਚਿਓ, ਪ੍ਰਦੇਸ਼ ਤੋਂ ਭਾਵ ਹੈ ਰਾਜ। ਤੁਹਾਨੂੰ ਪਤਾ ਹੈ ਕਿ ਸਾਡੇ ਭਾਰਤ ਵਿੱਚ 28 ਰਾਜ ਹਨ, ਜਿਵੇਂ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ ਆਦਿ। ਕਵੀ ਇਹਨਾਂ ਦੀ ਸਿਫਤ ਕਰ ਰਿਹਾ ਹੈ। ਅੱਗੇ ਕਵੀ ਕਹਿੰਦਾ ਹੈ ਕਿ ਮੇਰੇ ਦੇਸ਼ ਦੇ ਬਾਗ ਬਹਾਰਾਂ ਹਮੇਸ਼ਾ ਹੀ ਵਸਦੇ ਰਹਿਣ ਅਤੇ ਇੱਥੋਂ ਦੇ ਗੱਭਰੂ ਅਤੇ ਮੁਟਿਆਰਾਂ ਹਮੇਸ਼ਾ ਹੀ ਵਸਣ। ਗੱਭਰੂ ਅਤੇ ਮੁਟਿਆਰਾਂ ਤੋਂ ਭਾਵ ਹੈ ਸਾਡੇ ਦੇਸ਼ ਦੇ ਲੜਕੇ ਅਤੇ ਲੜਕੀਆਂ, ਨੌਜਵਾਨ ਲੜਕੇ ਅਤੇ ਲੜਕੀਆਂ। ਅੱਗੇ ਕਵੀ ਕਹਿੰਦਾ ਹੈ ਕਿ ਸਾਡੇ ਦੇਸ਼ ਦਾ ਭਾਈਚਾਰਾ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਵਸਦਾ ਰਹੇ। ਬੇਟਾ, ਭਾਈਚਾਰਾ ਤੋਂ ਭਾਵ ਹੈ ਕਿ ਸਾਡੇ ਦੇਸ਼ ਵਿੱਚ ਬਹੁਤ ਧਰਮਾਂ ਦੇ, ਬਹੁਤ ਸਾਰੀਆਂ ਜਾਤਾਂ ਦੇ ਲੋਕ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ। ਤੇ ਕਵੀ ਕਹਿੰਦਾ ਹੈ ਕਿ ਇਹ ਪਰਮਾਤਮਾ, ਇਸ ਦੇਸ਼ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਸਾਰੇ ਹੀ ਧਰਮਾਂ ਅਤੇ ਜਾਤਾਂ ਦੇ ਲੋਕ ਆਪਸ ਵਿੱਚ ਇਸੇ ਤਰ੍ਹਾਂ ਪਿਆਰ ਨਾਲ ਰਹਿਣ, ਕਿਉਂਕਿ ਭਾਰਤ ਦੇਸ਼ ਭਾਰਤ ਮਾਂ ਦੀਆਂ ਅੱਖਾਂ ਦਾ ਤਾਰਾ ਹੈ। ਅੱਗੇ ਕਵੀ ਨੇ ਪੰਜਾਬ ਦੀ ਗੱਲ ਕੀਤੀ ਹੈ, ਇੱਥੋਂ ਦੇ ਵਸਦੇ ਝਰਨਿਆਂ ਦੀ ਗੱਲ ਕੀਤੀ ਹੈ, ਇੱਥੋਂ ਦੀਆਂ ਫਸਲਾਂ ਦੀ ਗੱਲ ਕੀਤੀ ਹੈ ਕਿ ਸਾਡੇ ਪ੍ਰਦੇਸ਼ ਪੰਜਾਬ ਵਿੱਚ ਕਣਕ, ਮੱਕੀ, ਝੋਨੇ, ਨਰਮੇ ਆਦਿ ਦੀਆਂ ਫਸਲਾਂ ਹੁੰਦੀਆਂ ਹਨ ਤੇ ਇੱਥੋਂ ਦੇ ਕਿਸਾਨ ਹਮੇਸ਼ਾ ਹੀ ਮਿਹਨਤ ਕਰਦੇ ਹਨ। ਕਵੀ ਕਹਿੰਦਾ ਹੈ ਕਿ ਕਿਸਾਨ ਜੈ ਕਿਸਾਨ ਦਾ ਨਾਰਾ ਲਗਾਉਂਦੇ ਹਨ, ਭਾਵ ਕਿ ਉਹ ਮਿਹਨਤ ਕਰਕੇ ਹਮੇਸ਼ਾ ਹੀ ਸਫਲਤਾ ਪ੍ਰਾਪਤ ਕਰਦੇ ਹਨ ਤੇ ਪੰਜਾਬ ਵੀ ਭਾਰਤ ਮਾਂ ਦੀਆਂ ਅੱਖਾਂ ਦਾ ਤਾਰਾ ਹੈ। ਅੱਗੇ ਕਵੀ ਦੱਸਦਾ ਹੈ ਕਿ ਪੰਜਾਬ ਵਿੱਚ ਦੁੱਧ ਦੇ ਦਰਿਆ ਵਹਿੰਦੇ ਹਨ, ਭਾਵ ਕਿ ਸਾਡੇ ਪੰਜਾਬ ਵਿੱਚ ਬਹੁਤ ਮਾਤਰਾ ਵਿੱਚ ਦੁੱਧ ਹੁੰਦਾ ਹੈ। ਜਿਵੇਂ ਸਾਨੂੰ ਪਤਾ ਹੈ, ਅਸੀਂ ਪੰਜਾਬ ਵਿੱਚ ਰਹਿੰਦੇ ਹਾਂ, ਸਾਡੇ ਪ੍ਰਦੇਸ਼ ਵਿੱਚ ਬਹੁਤ ਸਾਰਾ ਦੁੱਧ ਹੁੰਦਾ ਹੈ। ਅਸੀਂ ਮੱਖਣ, ਪੇੜੇ, ਸਰੋਂ ਦੇ ਸਾਗ, ਇੱਥੋਂ ਪੰਜਾਬ ਦੀ ਖੁਰਾਕ ਦੀ ਗੱਲ ਕੀਤੀ ਗਈ ਹੈ ਕਿ ਅਸੀਂ ਪੰਜਾਬ ਵਿੱਚ ਕਿਵੇਂ ਦੀ ਖੁਰਾਕ ਖਾਂਦੇ ਹਾਂ, ਕਿਵੇਂ ਦੇ ਖਾਣੇ ਖਾਂਦੇ ਹਾਂ। ਸਾਨੂੰ ਸਭ ਨੂੰ ਪਤਾ ਹੈ, ਅਸੀਂ ਦੁੱਧ ਪੀਂਦੇ ਹਾਂ, ਮੱਖਣ ਖਾਂਦੇ ਹਾਂ, ਸਰੋਂ ਦਾ ਸਾਗ ਖਾਂਦੇ ਹਾਂ। ਇੱਥੇ ਪੰਜਾਬ ਦੀ ਖੁਰਾਕ ਦੀ ਗੱਲ ਕੀਤੀ ਹੈ। ਇਸੇ ਖੁਰਾਕ ਕਰਕੇ ਹੀ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦੀ ਹੋਂਦ ਕਰਕੇ ਹੀ ਕਿ ਪੰਜਾਬ ਵਿੱਚ ਇਹ ਸਾਰੀਆਂ ਖੁਸ਼ਹਾਲ ਚੀਜ਼ਾਂ ਹਨ। ਸਾਰੀ ਦੁਨੀਆਂ ਦੇ ਵਿੱਚ, ਸਾਰਾ ਜਗਤ ਪੰਜਾਬ ਨੂੰ ਜਾਣਦਾ ਹੈ। ਜਗਤ ਤੋਂ ਭਾਵ ਹੈ ਸਾਰਾ ਸੰਸਾਰ, ਸਾਰੀ ਦੁਨੀਆਂ, ਸਾਰੇ ਸੰਸਾਰ ਵਿੱਚ ਪੰਜਾਬ ਦੀ ਸ਼ਾਨ ਹੈ। ਤੇ ਕਵੀ ਲਾਸਟ ਵਿੱਚ ਫਿਰ ਕਹਿੰਦਾ ਹੈ ਕਿ ਸਾਡਾ ਪੰਜਾਬ ਭਾਰਤ ਮਾਂ ਦੀਆਂ ਅੱਖਾਂ ਦਾ ਤਾਰਾ ਹੈ। ਪਿਆਰੇ ਬੱਚਿਓ, ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਇਹ ਕਵਿਤਾ ਦੀ ਸਮਝ ਲੱਗ ਚੁੱਕੀ ਹੋਵੇਗੀ। ਹੁਣ ਤੁਸੀਂ ਇੱਕ ਵਾਰੀ ਇਹਨਾਂ ਨੂੰ ਇਸ ਕਵਿਤਾ ਨੂੰ ਫਿਰ ਰਿਵਾਈਜ਼ ਕਰਨਾ ਹੈ। ਕਵਿਤਾ ਨੂੰ